ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾ ਰਹੇ ਸੀ, ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ। ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਹੈ, 50 ਸਾਲ ਤੱਕ, ਪਰ ਸਵਾਮੀਨਾਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ। ਅੱਜ ਇਹ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ, ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ। ਭਗਵੰਤ ਮਾਨ ਜੀ ਦੀ ਉਹਨਾਂ ਦਾ ਵੀ ਇਹੀ ਰੋਲ ਆ, ਉਹ ਵੀ ਵਾਅਦਾ ਕਰਕੇ ਆਏ ਸੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਹੁਣ ਡਾਂਗਾਂ ਨਾਲ ਕੁੱਟਦੇ ਪਏ। 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜੂਗਾ, ਉਦੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹਿ ਜੂਗੀ, ਇਲੈਕਸ਼ਨ ਕਮਿਸ਼ਨ ਦੇ ਹੱਥ ਆਊਗਾ। ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ ਬਜਾਏ ਲਾਭ ਦੇ। ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਮੈਂ ਖਾਸ ਤੌਰ ਤੇ ਆਪਣੇ ਕਿਸਾਨ ਵੀਰਾਂ ਵਾਸਤੇ ਔਰ ਕਿਸਾਨ ਜਥੇਬੰਦੀਆਂ ਵਾਸਤੇ ਬਣਾ ਰਿਹਾ, ਔਰ ਖਾਸ ਤੌਰ ਤੇ ਇਸ ਕਰਕੇ ਕਿਉਂਕਿ ਜਿਹੜਾ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈ, ਸੰਘਰਸ਼ ਚੱਲ ਰਿਹਾ ਹੈ, ਉਹ ਦਿਨ ਦਬੇ ਤੇ ਬਣਾ ਰਿਹਾ। ਕਿਸਾਨੀ ਸੰਘਰਸ਼ 3 ਸਾਲ ਪਹਿਲਾਂ ਵੀ ਚੱਲਿਆ ਔਰ ਮੈਂ ਵੀ ਉਸਦਾ ਹਿੱਸਾ ਸੀ, ਅਗਲੀ ਕਤਾਰ ਚ ਖਲੋ ਕੇ ਇਸ ਲੜਾਈ ਨੂੰ ਲੜਿਆ ਔਰ ਤੁਹਾਡੀ ਬਹੁਤ ਵੱਡੀ ਜਿੱਤ ਵੀ ਹੋਈ। ਅੱਜ ਮੈਂ ਮਨਜਿੰਦਰ ਸਿੰਘ ਸਿਰਸਾ, ਇੱਕ ਬੀਜੇਪੀ ਪਾਰਟੀ ਦੇ ਅੰਦਰ ਪਾਰਟੀ ਦਾ ਅਹੁਦੇਦਾਰ, ਮੈਂ ਜ਼ਰੂਰ ਕਲੈਰੀਫਾਈ ਕਰਨਾ ਚਾਹੁੰਦਾ ਕਿ ਮੈਂ ਬੀਜੇਪੀ ਦਾ ਅਹੁਦੇਦਾਰ ਹਾਂ, ਪਰ ਮੇਰਾ ਇਹ ਕਿਸਾਨ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਡੇ ਚਰਨਾਂ ਚ ਇੱਕ ਦੋ ਜ਼ਰੂਰ ਬੇਨਤੀਆਂ ਕਰਨਾ ਚਾਹੁੰਦਾ। ਜੋ ਇਸ ਵੇਲੇ ਇਹ ਸੰਘਰਸ਼ ਵਿੱਢਿਆ ਗਿਆ ਹੈ, ਇਹਦੀ ਟਾਈਮਿੰਗ ਤੇ ਤੁਸੀਂ ਜ਼ਰੂਰ ਵਿਚਾਰ ਕਰੋ। ਹੋਰ 10 ਦਿਨ ਬਾਅਦ ਇਲੈਕਸ਼ਨ ਡਿਕਲੇਅਰ ਹੋ ਜਾਣੀ ਹੈ, ਤੁਹਾਨੂੰ ਪਤਾ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ, ਔਰ ਇਹਦਾ ਲਾਹਾ ਜਿਹੜਾ ਏ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ। ਕੁਝ ਪਾਰਟੀਆਂ ਦੇ ਨੁਮਾਇੰਦੇ ਮੈਂ ਕੱਲ ਦੇਖ ਰਿਹਾ ਸੀਗਾ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾ ਰਹੇ ਸੀ, ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ। ਪਰ ਇਹੀ ਸਰਕਾਰ 10 ਸਾਲ ਹੁਣ ਰਹੀ ਆ ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਹੈ, 50 ਸਾਲ ਤੱਕ, ਪਰ ਸਵਾਮੀਨਾਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ। ਅੱਜ ਇਹ ਸਰਕਾਰ ਦੇ ਖਿਲਾਫ਼ ਨੇ ਕਿਉਂਕਿ ਆਪੋਜੀਸ਼ਨ ਆ, ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ। ਔਰ ਇਹੀ ਗੱਲ ਜਿਹੜੀ ਉਥੋਂ ਦੀ ਮੌਜੂਦਾ ਸਰਕਾਰ ਆ, ਭਗਵੰਤ ਮਾਨ ਜੀ ਦੀ, ਉਹਨਾਂ ਦਾ ਵੀ ਇਹੀ ਰੋਲ ਆ, ਉਹ ਵੀ ਵਾਅਦਾ ਕਰਕੇ ਆਏ ਸੀ ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ, ਹੁਣ ਡਾਂਗਾਂ ਨਾਲ ਕੁੱਟਦੇ ਪਏ ਨੇ, ਕਿਉਂਕਿ ਰਾਜਸੀ ਹੋ ਰਾਜਨੀਤੀ ਹੋ ਰਹੀ ਆ। ਮੈਂ ਕਿਸਾਨ ਜਥੇਬੰਦੀਆਂ ਚਰਨਾਂ ਚ ਬੇਨਤੀ ਕਰਨਾ ਚਾਹੁੰਦਾ ਏ, ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ, ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ। 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜੂਗਾ, ਉਦੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹਿ ਜੂਗੀ, ਇਲੈਕਸ਼ਨ ਕਮਿਸ਼ਨ ਦੇ ਹੱਥ ਆਊਗਾ ਔਰ ਲਾਅ ਐਂਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ, ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ ਬਜਾਏ ਲਾਭ ਦੇ। ਇਹਦਾ ਅੱਜ ਨੁਕਸਾਨ ਕੀ ਹੋ ਰਿਹਾ ਏ, ਇੱਕ ਸੰਦੇਸ਼ ਜਾ ਰਿਹਾ ਏ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਏ ਇਹ ਕੇਵਲ ਸੰਘਰਸ਼ ਆ ਔਰ ਇਹ ਸਰਕਾਰ ਦੇ ਖਿਲਾਫ਼, ਸਰਕਾਰ ਸਿੱਖਾਂ ਦੇ ਖਿਲਾਫ਼, ਇਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪਏ ਨੇ, ਜਿਹੜੇ ਸ਼ਰਾਰਤੀ ਲੋਕ ਨੇ, ਔਰ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੀ ਲਾਹਾ ਚੁੱਕਦੀਆਂ ਪਈਆਂ ਨੇ ਰਾਜਸੀ ਪਾਰਟੀਆਂ। ਸ਼ਰਾਰਤੀ ਲੋਕ ਅਲੱਗ ਅਲੱਗ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ, ਅਲੱਗ ਅਲੱਗ ਕਿਸਮ ਨਾਲ ਟਿੱਚਰਾਂ ਵੀ ਕਰਦੇ ਪਏ ਨੇ ਕਿਸਾਨਾਂ ਨੂੰ, ਜਿਹਦਾ ਅਲਟੀਮੇਟਲੀ ਕਮਿਊਨਿਟੀ ਨੂੰ ਵੀ ਲਾਸ ਹੋ ਰਿਹਾ। ਮੈਂ ਤੁਹਾਡੇ ਚਰਨਾਂ ਜ਼ਰੂਰ ਇਹ ਬੇਨਤੀ ਕਰਦਾ ਏ, ਇਸ ਤੇ ਤੁਸੀਂ ਜ਼ਰੂਰ ਵਿਚਾਰ ਕਰੋ, ਕਰ ਵੀ ਰਹੋਗੇ ਤੁਸੀਂ ਜ਼ਿਆਦਾ ਸੂਝਵਾਨ ਜੇ, ਔਰ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਉਸ ਦੇ ਉੱਤੇ ਆਪਣੀ ਗੱਲ ਨੂੰ ਰੱਖੋ, ਔਰ ਇਹ ਜਿਹੜੀ ਗੱਲਬਾਤ ਨੂੰ ਟੁੱਟੇ ਨਾ, ਇਹਨੂੰ ਕਨਫਰੰਟੇਸ਼ਨ ਦਾ ਰਸਤਾ ਨਾ ਆਵੇ, ਲੜਾਈ ਝਗੜੇ ਦਾ ਰਸਤਾ ਨਾ ਲਵੇ, ਇਹਦੇ ਵਾਸਤੇ ਤੁਸੀਂ ਜਿੰਨਾ ਵੀ ਤੁਹਾਡੀਆਂ ਮੰਗਾਂ ਨੇ ਸਰਕਾਰ ਨਾਲ ਬੈਠ ਕੇ ਲਗਾਤਾਰ ਹੋਰ ਗੱਲ ਕੀਤੀ ਜਾ ਸਕਦੀ ਆ। ਔਰ ਮੋਦੀ ਜੀ ਨੇ ਕੋਈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੱਗੇ ਵੀ ਬਿੱਲ ਦੀ ਗੱਲ ਆਈ ਤਾਂ ਦੋਵੇਂ ਹੱਥ ਬੰਨ ਕੇ ਮਾਫ਼ੀ ਮੰਗ ਕੇ ਬਿੱਲ ਵੀ ਵਾਪਸ ਲਏ, ਕਾਨੂੰਨ ਵੀ ਵਾਪਸ ਲਏ, ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪ੍ਰਕਾਸ਼ਪੁਰ ਨੂੰ ਨਿਮਿਤ ਮੁੱਖ ਰੱਖਦੇ ਹੋਏ ਲਏ। ਸੋ ਇਸ ਤਰ੍ਹਾਂ ਇਸ ਮਾਹੌਲ ਨੂੰ ਜਿਹੜਾ ਆਪਾਂ ਜ਼ਰੂਰ ਚਿੰਤਾ ਕਰਨੀ ਚਾਹੀਦੀ ਆ। ਜੇਕਰ ਕਿਸਾਨ ਨਿਧੀ ਦੀ ਆਪਾਂ ਗੱਲ ਕਰੀਏ ਜਾਂ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੀ ਗੱਲ ਕਰੀਏ, ਜਿਸ ਤਰੀਕੇ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀਏ, ਲਾਲ ਕਿਲ੍ਹੇ ਤੇ ਪ੍ਰਕਾਸ਼ ਪੁਰਬ ਮਨਾਉਣਾ ਹੋਵੇ ਜਾਂ ਉਹਨਾਂ ਦਾ ਦਿਨ ਪੂਰੀ ਦੁਨੀਆਂ ਦੇ ਅੰਦਰ ਇਸ ਵੇਲੇ ਦੇਸ਼ ਦੇ ਅੰਦਰ ਬਾਲ ਦਿਵਸ ਮਨਾਇਆ ਜਾ ਰਿਹਾ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ, ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਦੇ ਅੰਦਰ ਇੱਕ ਸੰਦੇਸ਼ ਫਿਰ ਇਹ ਜਾਂਦਾ ਕਿ ਸਿਰਫ ਅਸੀਂ ਕਨਫਰੰਟੇਸ਼ਨ ਦਾ ਰਾਹ ਅਡੋਪਟ ਕਰਨਾ ਚਾਹੁੰਦੇ ਹਾਂ, ਸ਼ਰਾਰਤੀ ਲੋਕ ਇਹਦੇ ਅੰਦਰ ਕੁੱਦ ਜਾਂਦੇ ਨੇ ਔਰ ਨੁਕਸਾਨ ਸਾਡੀ ਕਮਿਊਨਿਟੀ ਦਾ ਹੋਊਗਾ। ਪ੍ਰਧਾਨ ਮੰਤਰੀ ਤੁਹਾਡੇ ਹੱਕ 'ਚ ਨੇ, ਤੁਹਾਡੀ ਹਰ ਗੱਲ ਸੁਣ ਕੇ ਉਹਦੇ 'ਤੇ ਕਾਰਵਾਈ ਕਰਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਨੇ ਹੁਣ ਤੱਕ ਵੀ ਜੋ ਤੁਸੀਂ ਕੀਤਾ, ਤੁਸੀਂ ਅੰਦਰੋਂ ਜਾਣਦੇ ਜੇ ਭਾਵੇਂ ਕਿਸਾਨ ਨਿਧੀ ਦੀ ਗੱਲ ਹੋਵੇ, ਭਾਵੇਂ ਕਿਸਾਨ ਇੰਸ਼ੋਰੈਂਸ ਦੀ ਗੱਲ ਹੋਵੇ, ਭਾਵੇਂ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਹੋਵੇ, ਦੇਸ਼ ਦੀ ਸਰਕਾਰ ਕੋਈ ਵੀ ਨਹੀਂ ਚਾਹੁੰਦੀ ਔਰ ਇਹ ਪ੍ਰਧਾਨ ਮੰਤਰੀ ਸਾਡੇ ਪ੍ਰਤੀ ਇੰਨਾ ਸੌਫਟ ਕਾਰਨਰ ਰੱਖਦੇ ਆ, ਹਰ ਗੱਲ 'ਤੇ ਸਾਡੀ ਚਿੰਤਾ ਕਰਦੇ ਆ, ਹਰ ਗੱਲ ਦੇ ਉੱਤੇ ਇਹਨੂੰ ਸੈਂਸਿਟੀਵਿਟੀ ਨਾਲ ਸਾਨੂੰ ਦੇਖਦੇ ਨੇ ਕਿ ਯਾਰ ਕੋਈ ਐਸਾ ਕੰਮ ਨਹੀਂ ਹੋਣਾ ਜਾਣਾ ਚਾਹੀਦਾ ਜਿਹਦੇ ਨਾਲ ਪੰਜਾਬ ਜਾਂ ਪੰਜਾਬ ਦੇ ਲੋਕਾਂ ਦੇ ਮਨ ਦੇ ਅੰਦਰ ਕੋਈ ਠੇਸ ਆ ਜਾਵੇ ਜਾਂ ਉਹਨਾਂ ਦੇ ਮਨ ਦੇ ਅੰਦਰ ਕਿਸੇ ਤਰੀਕੇ ਦੀ ਗੱਲ ਵੀ ਆ ਜਾਵੇ। ਇਸ ਗੱਲ ਦੀ ਪ੍ਰਧਾਨ ਮੰਤਰੀ ਵਾਰ ਵਾਰ ਚਿੰਤਾ ਕਰਦੇ ਆ, ਇਹੀ ਕਾਰਨ ਆ ਦੋ ਵਾਰਾਂ ਦੀ ਗੱਲਬਾਤ ਹੋ ਚੁੱਕੀ ਆ, ਤੀਜੀ ਵਾਰ ਫਿਰ ਗੱਲਬਾਤ ਹੋਣੀ ਆ। ਸੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਇੱਕ ਬੜਾ ਹੀ ਸੁਖਾਲਾ ਮਾਹੌਲ ਬਣਾ ਕੇ ਜੇ ਤੁਸੀਂ ਇਸ ਮਸਲੇ ਨੂੰ ਹੱਲ ਕਰਨ 'ਚ ਕਾਮਯਾਬ ਹੋਵੋਗੇ, ਸਾਡੀ ਕੌਮ ਦੇ ਵਿੱਚ ਬਹੁਤ ਵੱਡੀ ਜਿੱਤ ਹੋਊਗੀ, ਸਾਡੀ ਕਮਿਊਨਿਟੀ ਦਾ ਵੀ ਲਾਭ ਹੋਊਗਾ ਔਰ ਜਿਹੜੀ ਕਨਫਰੰਟੇਸ਼ਨ ਦਾ ਰਸਤਾ ਬਣ ਗਿਆ ਹੈ ਜਿਹਦੇ ਨਾਲ ਸਾਡਾ ਵੀ ਨੁਕਸਾਨ ਹੋ ਸਕਦਾ ਆਪਣੀ ਕਮਿਊਨਿਟੀ ਦਾ, ਕਿਉਂਕਿ ਇਹਦੇ ਅੰਦਰ ਅਸੀਂ ਹੀ ਕੇਵਲ ਦਿਖਾਈ ਦੇ ਰਹੇ ਹਾਂ, ਇਹਦੇ ਅੰਦਰ ਬਾਕੀ ਦੇਸ਼ ਦੇ ਲੋਕ ਨਹੀਂ ਦਿਖ ਰਹੇ, ਇਹਦੇ ਅੰਦਰ ਕੇਵਲ ਔਰ ਕੇਵਲ ਸਿੱਖ ਹੀ ਦਿਖ ਰਹੇ ਨੇ। ਇਸ ਕਰਕੇ ਅਸੀਂ ਇਕੱਲੇ ਕਨਫਰੰਟੇਸ਼ਨ ਦਾ ਹਿੱਸਾ ਬਣਦੇ ਜਾ ਰਹੇ ਹਾਂ ਔਰ ਮੈਂ ਫਿਰ ਕਹਿਦਾ ਰਾਜਸੀ ਲੋਕ ਇਹਦਾ ਲਾਭ ਚੁੱਕਦੇ ਪਏ ਨੇ ਔਰ ਇਸ ਚੁਣਾਵ ਦੇ ਮਾਹੌਲ ਅੰਦਰ ਉਹ ਤੁਹਾਡੀਆਂ ਇਹਨਾਂ ਚੀਜ਼ਾਂ ਦਾ ਲਾਹਾ ਚੁੱਕ ਕੇ ਅਤੇ ਤੁਹਾਨੂੰ ਉਲਝਾਉਣਗੇ, ਤੁਹਾਡਾ ਨੁਕਸਾਨ ਕਰਾਉਣਗੇ ਅਤੇ ਆਪਣਾ ਲਾਭ ਕਰਨਗੇ। ਇੰਨੀ ਕੁ ਮੇਰੀ ਬੇਨਤੀ, ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਜ਼ਰੂਰ ਇਸ 'ਤੇ ਵਿਚਾਰਿਓ ਜੇ, ਮੇਰੀ ਇਸ ਗੱਲ 'ਤੇ ਜ਼ਰੂਰ ਵਿਚਾਰ ਕਰਿਓ ਜੇ ਤੁਹਾਨੂੰ ਲੱਗਦਾ ਅਗਰ ਤਾਂ ਤੁਹਾਨੂੰ ਇਸ ਗੱਲ ਦੇ ਉੱਤੇ ਬੋਲਣਾ ਚਾਹੀਦਾ, ਆਪਣੀ ਗੱਲ ਰੱਖਣੀ ਚਾਹੀਦੀ ਆ। ਹਾਂ, ਸਰਕਾਰ ਨਾਲ ਮੈਂ ਫਿਰ ਕਹਿ ਦੇਵਾਂ ਜਿਹੜੀ ਤੁਹਾਡੀ ਕੱਲ੍ਹ ਗੱਲਬਾਤ ਹੋਣੀ ਆ ਉਹ ਸਿੱਟੇ ਵਜਕ ਨਿਕਲੇ, ਇਹਦੇ ਲਈ ਤੁਸੀਂ ਵੀ ਯਤਨ ਕਰੋ, ਸਰਕਾਰ ਨੂੰ ਵੀ ਐਸਾ ਮਾਹੌਲ ਬਣਾਉਣਾ ਚਾਹੀਦਾ, ਪਰ ਇਹ ਲੜਾਈ ਔਰ ਇਹ ਜਿਹੜਾ ਸੰਘਰਸ਼ ਆ ਇਹਨੂੰ ਇੱਥੇ ਵਿਰਾਮ ਲਾਉਣਾ ਚਾਹੀਦਾ ਹੈ, ਤੁਹਾਨੂੰ ਸੋ ਮੋਟੋ ਇਹਨੂੰ ਵਾਪਸ ਲੈਣਾ ਚਾਹੀਦਾ ਹੈ ਔਰ ਇਹ ਲੜਾਈ ਦਾ ਮਾਹੌਲ ਨਾ ਬਣੇ, ਇਹਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਆ। ਜੇ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਲੱਗੀ ਹੋਵੇ, ਮਾੜੀ ਲੱਗੀ ਹੋਵੇ, ਮੈਂ ਉਹਦੀ ਮਾਫ਼ੀ ਮੰਗਦਾ। ਮੇਰਾ ਪਰਪਸ ਇਹ ਆ ਕਿ ਸਾਡੀ ਕੌਮ ਦਾ ਕੋਈ ਨੁਕਸਾਨ ਨਾ ਹੋਵੇ, ਮੇਰਾ ਪਰਪਸ ਇਹ ਆ ਕਿ ਸਾਡੇ ਸਿੱਖਾਂ ਦਾ ਕੋਈ ਨੁਕਸਾਨ ਨਾ ਹੋਵੇ, ਮੇਰਾ ਪਰਪਸ ਇਹ ਆ ਕਿ ਤੁਹਾਡੇ ਮਸਲੇ ਵੀ ਹੱਲ ਹੋਣ ਔਰ ਲੜਾਈ 'ਚ ਗੱਲ ਨਾ ਜਾਵੇ, ਮੇਰਾ ਇੰਨਾ ਕੁ ਮਕਸਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਮੈਂ ਖਾਸ ਤੌਰ ਤੇ ਆਪਣੇ ਕਿਸਾਨ ਵੀਰਾਂ ਵਾਸਤੇ ਔਰ ਕਿਸਾਨ ਜਥੇਬੰਦੀਆਂ ਵਾਸਤੇ ਬਣਾ ਰਿਹਾ ਔਰ ਖਾਸ ਤੌਰ ਤੇ ਇਸ ਕਰਕੇ ਕਿਉਂਕਿ ਜਿਹੜਾ ਇਸ ਵੇਲੇ ਪ੍ਰੋਟੈਸਟ ਚੱਲ ਰਿਹਾ ਹੈ, ਸੰਘਰਸ਼ ਚੱਲ ਰਿਹਾ ਹੈ, ਉਹਦੇ ਨਵੇਂ ਤੇ ਬਣਾ ਰਿਹਾ। ਕਿਸਾਨੀ ਸੰਘਰਸ਼ 3 ਸਾਲ ਪਹਿਲਾਂ ਵੀ ਚੱਲਿਆ ਔਰ ਮੈਂ ਵੀ ਉਸਦਾ ਹਿੱਸਾ ਸੀ, ਅਗਲੀ ਕਤਾਰ 'ਚ ਖਲੋ ਕੇ ਇਸ ਲੜਾਈ ਨੂੰ ਲੜਿਆ ਔਰ ਤੁਹਾਡੀ ਬਹੁਤ ਵੱਡੀ ਜਿੱਤ ਵੀ ਹੋਈ। ਅੱਜ ਮੈਂ ਮਨਜਿੰਦਰ ਸਿੰਘ ਸਿਰਸਾ ਇੱਕ ਬੀਜੇਪੀ ਪਾਰਟੀ ਦੇ ਅੰਦਰ